डेरा मस्तवाणा साहिब की 185 एकड़ जमीन नू लैके विवाद पक चुका है। जिहड़े श्रद्धालु सिख सी उन्होंने वख-वख थावां ते जिहड़ी जमीन सी उह गुरु ग्रंथ साहिब दे नां ते कराती ते उहदा प्रबंध चला रहा सी। ट्रस्ट ने की कीता, उन्होंने केस किया भी यह जमीन के असी हकदार हाँ तो श्रोमणी कमेटी नहीं हैगी, ये ट्रस्ट जिहड़ा है ये जमीन का असल मालिक यह है तो श्रोमणी कमेटी को। सुरजीत सिंह जिहड़ा कि मुख सेवादार सी उत्थे, दर्शन सिंह एक ड्राइवर है उन्हूं उहदी सेवा संभाल वास्ते जिहड़ा सी लाता और मुलाजम है तो ड्राइवर है तनखाह लैंदा। श्रोमणी कमेटी के कुछ जिम्मेवार ना तो वह इलाके के बंदियां नाल मिल के वह जमीन ते आप कब्जा हो गया। किहड़े मौतबर ने इलाके दे नाम उन्हां दे? उन्हां दे विच जी गोबिंद सिंह लौंगोवाल, भुपिंदर सिंह प्रवान, उहदे विच ढींट साहिब वी आउंदा। जो दोष ला रहे हो कि दर्शन सिंह ने जी ये जमीन इदा फर्जी कागज बना के तैयार की है, फिर की फिर उसकी निजी संपत्ति बन जाएगी, डेरे जमीन नहीं रहेगी? उन्हें जी हम 25 एकड़ की रजिस्ट्री जी हुई है वो दर्शन सिंह ने करके दी है, उस ट्रस्ट ने करके दी है, यदि मतलब जो असली ट्रस्ट उस पासे रह गया। जी 160 एकड़ जमीन जी बची है वह तो फिर यह बंदर वंड करके दिखाएंगे, जिसे दर्शन सिंह आ गया, लंगवाल आ गया, जां कोई होर कोई सरकार दे नुमाइंदे होणगे, ये सारे रल के जिहड़ी आ वो खा जाए। जे वो स्टेट टुट गया तो फिर दर्शन सिंह जिहड़ा, क्योंकि वह मस्तवाणा ट्रस्ट भी बाहर गया तो यह भी सारा सारिआं दी मिहनत मिली भुगती लगती है। ਤੁਹਾਨੂੰ ਕੀ ਲੱਗਦਾ ਮਾਨ ਸਰਕਾਰ, ਹਾਲਾਂਕਿ ਮੈਡੀਕਲ ਕਾਲਜ ਉਹਨਾਂ ਦੀ ਸਰਕਾਰ 'ਚ ਹੀ ਬਣਨ ਜਾ ਰਿਹਾ, ਉਹ ਇੱਦਾਂ ਸਭ ਕੁਝ ਹੋਣ ਦੇਗੀ, ਜ਼ਮੀਨ ਨਿੱਜੀ ਬੰਦੇ ਦੀ ਬਣਨ ਦੇ ਦੇਗੀ ਮਾਨ ਸਰਕਾਰ? ਅਤੇ ਜਿਹੜੀ 160 ਏਕੜ ਹੈਗੀ ਆ, ਜਦੋਂ 25 ਏਕੜ ਜ਼ਮੀਨ ਜਿਹੜੀ ਆ ਉਹ ਕਾਨੂੰਨੀ ਤੌਰ ਦੇ ਉੱਤੇ ਰਜਿਸਟਰੀ ਜਿਹੜੀ ਆ ਉਹ ਸਰਕਾਰ ਦੇ ਨਾਂ 'ਤੇ ਦਰਸ਼ਨ ਸਿੰਘ ਕਰਵਾ ਕੇ ਦੇ ਰਿਹਾ। ਸਤਿ ਸ਼੍ਰੀ ਅਕਾਲ, ਸਕਰੋਲ ਪੰਜਾਬ ਦੇਖਣ ਵਾਲਿਆਂ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ। ਜ਼ਿਲ੍ਹਾ ਸੰਗਰੂਰ ਵਿਖੇ ਸਥਿਤ ਡੇਰਾ ਮਸਤਵਾਣਾ ਸਾਹਿਬ ਦੀ 185 ਏਕੜ ਜ਼ਮੀਨ ਨੂੰ ਲੈ ਕੇ ਵਿਵਾਦ ਪੱਕ ਚੁੱਕਾ ਹੈ, ਮਾਮਲਾ ਹਾਈਕੋਰਟ ਦੇ ਵਿੱਚ ਵੀ ਪਹੁੰਚ ਚੁੱਕਾ ਹੈ। ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਪੈਰਵੀ ਕਰ ਰਹੀ ਹੈ ਇਸ ਚੀਜ਼ ਦੀ। ਬਲਦੇਵ ਸਿੰਘ ਸਿਰਸਾ ਸਾਡੇ ਨਾਲ ਮੌਜੂਦ ਨੇ, ਸੋ ਸਿਰਸਾ ਸਾਹਿਬ ਕੀ ਹੋਣ ਜਾ ਰਿਹਾ 185 ਏਕੜ ਜ਼ਮੀਨ ਨੂੰ ਲੈ ਕੇ? 185 ਏਕੜ ਜ਼ਮੀਨ ਜਿਹੜੀ ਕਿ ਜਦੋਂ ਸੰਤ ਅਤਰ ਸਿੰਘ ਜੀ ਮਸਤਵਾਣੇ ਸਾਹਿਬ ਜਿਨ੍ਹਾਂ ਨੇ ਟਰੱਸਟ ਬਣਾਇਆ ਸੀ, ਉਹਨਾਂ ਨੇ ਇੱਕ ਟਰੱਸਟ ਬਣਾਇਆ ਅਤੇ ਉਸ ਟਾਈਮ ਦੇ ਉੱਤੇ ਜਿਹੜੇ ਸ਼ਰਧਾਲੂ ਸਿੱਖ ਸੀ ਉਹਨਾਂ ਨੇ ਵੱਖ-ਵੱਖ ਥਾਵਾਂ 'ਤੇ ਜਿਹੜੀ ਜ਼ਮੀਨ ਸੀ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ ਕਰਾਤੀ ਅਤੇ ਉਹਦਾ ਪ੍ਰਬੰਧ ਚਲਾ ਰਿਹਾ ਸੀ ਟਰੱਸਟ ਜੀ। ਇੱਕ 1964 ਦੇ ਵਿੱਚ ਸ਼੍ਰੋਮਣੀ ਉਹ ਜ਼ਮੀਨ ਸੀ ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਜ਼ਮੀਨ ਜਿਹੜੀ ਸੀ ਆਪਣੇ ਨਾਂ 'ਤੇ ਕਰਵਾ ਲਈ, ਇਹਨਾਂ ਦੇ ਨਾਂ 'ਤੇ ਹੋ ਗਈ। ਉਸ ਤੋਂ ਬਾਅਦ ਟਰੱਸਟ ਨੇ ਕੀ ਕੀਤਾ, ਉਹਨਾਂ ਨੇ ਕੇਸ ਕੀਤਾ ਵੀ ਇਹ ਜ਼ਮੀਨ ਦੇ ਅਸੀਂ ਹੱਕਦਾਰ ਹਾਂ ਅਤੇ ਸ਼੍ਰੋਮਣੀ ਕਮੇਟੀ ਨਹੀਂ ਹੈਗੀ, ਇਹ ਟਰੱਸਟ ਜਿਹੜਾ ਇਹ ਜ਼ਮੀਨ ਦਾ ਅਸਲ ਮਾਲਕ ਇਹ ਆ ਅਤੇ ਸ਼੍ਰੋਮਣੀ ਕਮੇਟੀ ਕੋਲ ਹੁੰਦਾ। ਇਹਨਾਂ ਦੇ ਕੇਸ ਚੱਲਦੇ ਰਹੇ, ਉੱਧਰ ਜਿਹੜਾ ਸੀ ਕੇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਇਹਨਾਂ ਨੇ, ਉਹ ਮਾਲਕ ਬਣ ਚੁੱਕੀ ਸੀ, ਮਾਲ ਦੇ ਰਿਕਾਰਡ ਵਿੱਚ ਨੋਟੀਫਾਈ ਹੋ ਗਈ ਸੀ। ਫਿਰ ਇਹਨਾਂ ਨੇ ਕੇਸ ਕੀਤਾ ਟਰੱਸਟ ਨੇ ਮਸਤਵਾਣਾ ਸਾਹਿਬ ਨੂੰ, ਉਹ ਟਰੱਸਟ ਜਿਹੜਾ ਸੀ ਉਹ ਥੱਲੇ ਹਾਰ ਗਿਆ, ਸੈਸ਼ਨ ਕੋਰਟ 'ਚ ਹਾਰ ਗਿਆ, ਹਾਈ ਕੋਰਟ 'ਚ ਆ ਗਈ ਅਤੇ ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦਾ ਸਟੇ ਲੈ ਲਿਆ, ਉਹ ਸਟੇ ਅਜੇ ਤੱਕ ਜਿਹੜਾ ਉਹ ਕਾਇਮ ਹੈ। ਲੇਕਿਨ ਇਸ ਸਮੇਂ ਦੇ ਵਿੱਚ ਜਿਹੜਾ ਟਰੱਸਟ ਦਾ ਸੰਚਾਲਕ ਸੀ, ਮਤਲਬ ਕਿ ਉਹ ਬਿਰਧ ਹੋ ਗਿਆ, ਸੁਰਜੀਤ ਸਿੰਘ ਸੀ ਜਿਹੜਾ ਕਿ ਮੁੱਖ ਸੇਵਾਦਾਰ ਸੀ ਉੱਥੇ, ਹਾਲੇ ਹੈਗੇ ਆ ਜਿਉਂਦੇ? ਹੈਗੇ ਆ ਜੀ, ਪਰ ਉਹ ਬਿਮਾਰ ਨੇ, ਉਹ ਉਹਨਾਂ ਨੂੰ ਸੁੱਧ ਬੁੱਧ ਨਹੀਂ। ਅੱਛਾ। ਉਹਦੀ ਸੇਵਾ ਸੰਭਾਲ ਵਾਸਤੇ ਟਰੱਸਟੀਆਂ ਨੇ, ਦਰਸ਼ਨ ਸਿੰਘ ਇੱਕ ਡਰਾਈਵਰ ਹੈ ਉਹਨੂੰ ਉਹਦੀ ਸੇਵਾ ਸੰਭਾਲ ਵਾਸਤੇ ਜਿਹੜਾ ਸੀ ਲਾਤਾ ਔਰ ਮੁਲਾਜ਼ਮ ਹੈ ਅਤੇ ਡਰਾਈਵਰ ਹੈ, ਤਨਖਾਹ ਲੈਂਦਾ ਸੀ। ਉਹਨੇ ਕੀ ਕੀਤਾ ਕਿ ਇਹ 125 ਏਕੜ ਜ਼ਮੀਨ ਦਾ ਪਤਾ ਸੀ ਜਿੱਥੇ ਜਿੱਥੇ ਹੈਗੀ ਆ, ਅਤੇ ਉਹਨੇ ਸ਼੍ਰੋਮਣੀ ਕਮੇਟੀ ਦੇ ਕੁਝ ਜ਼ਿੰਮੇਵਾਰਾਂ ਨਾਲ ਅਤੇ ਉਹ ਇਲਾਕੇ ਦੇ ਬੰਦਿਆਂ ਨਾਲ ਮਿਲ ਕੇ ਉਹ ਜ਼ਮੀਨ 'ਤੇ ਆਪ ਕਬਜ਼ਾ ਹੋ ਗਿਆ ਅਤੇ ਉਹਨੇ ਇੱਕ ਆਪਣਾ ਟਰੱਸਟ ਬਣਾ ਲਿਆ। ਕਿਹੜੇ ਮੌਤਬਰ ਨੇ ਇਲਾਕੇ ਦੇ ਉਹ ਨਾਮ ਉਹਨਾਂ ਦੇ? ਉਹਨਾਂ ਦੇ ਵਿੱਚ ਜੀ ਗੋਬਿੰਦ ਸਿੰਘ ਲੌਂਗੋਵਾਲ, ਭੁਪਿੰਦਰ ਸਿੰਘ ਪ੍ਰਵਾਨ, ਉਹਦੇ ਵਿੱਚ ਢੀਂਡ ਸਾਹਿਬ ਵੀ ਆਉਂਦਾ, ਜੇ ਢੀਂਡ ਸਾਹ ਉਹਦੇ ਵਿੱਚ ਢੀਂਡਸੇ ਦੀ ਸ਼ਹਿ ਨਾ ਹੁੰਦੀ ਅਤੇ ਇਹ ਸਾਰਾ ਇਹਨਾਂ ਦਾ ਆਪਸ ਵਿੱਚ ਮਿਲੀ ਭੁਗਤ ਨਾ ਹੁੰਦੀ ਅਤੇ ਕੀ ਹਿੰਮਤ ਸੀ ਇਹਦੀ ਦਰਸ਼ਨ ਸਿੰਘ ਦੀ ਕਿ ਉਹ ਆਪ ਟਰੱਸਟ ਬਣਾ ਕੇ 185 ਏਕੜ ਜ਼ਮੀਨ 'ਤੇ ਕਬਜ਼ਾ ਕਰ ਦਿੰਦੇ? ਸੁਰਜੀਤ ਸਿੰਘ ਜਿਹੜੇ ਬਜ਼ੁਰਗ ਹੋ ਗਏ ਨੇ ਉਹ ਸਹੀ ਤੌਰ 'ਤੇ ਉਹ ਸੀਗੇ ਟਰੱਸਟ ਦੇ ਮੈਂਬਰ ਇੱਕਦਮ ਸਹੀ? ਬਿਲਕੁਲ ਉਹ ਠੀਕ ਸਨ, ਉਹਦਾ ਟਰੱਸਟ ਚੱਲਦਾ ਰਿਹਾ, ਟਰੱਸਟ ਅਜੇ ਵੀ ਆ, ਪਰ ਉਹਨੂੰ ਛੱਡ ਕੇ ਹੁਣ ਟਰੱਸਟ 'ਤੇ ਇੱਕ ਫਰਜ਼ੀ ਬਣ ਗਿਆ, ਇਹਨੇ ਦਰਸ਼ਨ ਸਿੰਘ ਨੇ ਆਪਣਾ ਟਰੱਸਟ ਬਣਾ ਲਿਆ, ਇਹ 185 ਏਕੜ ਜ਼ਮੀਨ ਦਾ ਵਾਹਿਦ ਮਾਲਕ ਇਹ ਬਣ ਗਿਆ। ਇਹਨੇ ਹੁਣ ਕੀ ਕੀਤਾ ਹੈ ਕਿ ਇਹਨੇ ਕੁਝ ਬੰਦਿਆਂ ਨਾਲ ਅਤੇ ਸਰਕਾਰ ਦੇ ਨਾਲ ਮਿਲ ਕੇ ਅਤੇ ਇਹਨਾਂ ਨੇ ਉਹ ਜ਼ਮੀਨ 85 ਏਕੜ ਮੈਡੀਕਲ ਕਾਲਜ ਬਣਾਉਣ ਵਾਸਤੇ ਸਰਕਾਰ ਦੇ ਨਾਂ 'ਤੇ ਰਜਿਸਟਰੀ ਕਰਾਤੀ ਹੈ।
ਹੁਣ ਉਹ 25 ਏਕੜ ਜ਼ਮੀਨ ਦੀ ਰਜਿਸਟਰੀ ਕਰਾਈ ਆ ਕਾਲਜ ਵਾਸਤੇ, ਜਿਹੜੀ 160 ਏਕੜ ਜ਼ਮੀਨ ਬਾਕੀ ਬਚਦੀ ਆ ਉਹਦਾ ਬਾਅਦ ਮਾਲਕ ਬਣ ਗਿਆ। ਕਿਉਂਕਿ ਤੁਸੀਂ ਜੋ ਦੋਸ਼ ਲਾ ਰਹੇ ਹੋ ਕਿ ਦਰਸ਼ਨ ਸਿੰਘ ਨੇ ਜਿਹੜੀ ਇਹ ਜ਼ਮੀਨ ਇਦਾਂ ਫਰਜ਼ੀ ਕਾਗਜ਼ ਬਣਾ ਕੇ ਤਿਆਰ ਕੀਤੀ ਹੈ, ਕੀ ਫਿਰ ਉਹਦੀ ਨਿੱਜੀ ਸੰਪਤੀ ਬਣ ਜਾਏਗੀ, ਡੇਰੇ ਜ਼ਮੀਨ ਨਹੀਂ ਰਹੇਗੀ? ਉਹਨੇ ਜਿਹੜੀ ਹੁਣ 25 ਏਕੜ ਦੀ ਰਜਿਸਟਰੀ ਜਿਹੜੀ ਹੋਈ ਆ ਉਹ ਦਰਸ਼ਨ ਸਿੰਘ ਨੇ ਕਰਕੇ ਦਿੱਤੀ ਆ, ਉਸ ਟ੍ਰਸਟ ਨੇ ਕਰਕੇ ਦਿੱਤੀ ਆ। ਇਹਦਾ ਮਤਲਬ ਜਿਹੜਾ ਅਸਲੀ ਟ੍ਰਸਟ ਉਹਦੇ ਪਾਸੇ ਰਹਿ ਗਿਆ, ਉਹਨੇ 25 ਏਕੜ ਹੀ ਕਰਕੇ ਦਿੱਤੀ ਆ, ਅਤੇ ਜਿਹੜੀ 160 ਏਕੜ ਜ਼ਮੀਨ ਜਿਹੜੀ ਬਚੀ ਆ ਉਹ ਤਾਂ ਫਿਰ ਇਹ ਬਾਂਦਰ ਵੰਡ ਕਰਕੇ ਦਿਖਾਣਗੇ, ਜਿਹਦੇ ਵਿੱਚ ਦਰਸ਼ਨ ਸਿੰਘ ਆ ਗਿਆ, ਲੰਗੋਵਾਲ ਆ ਗਿਆ, ਜਾਂ ਕੋਈ ਹੋਰ ਕੋਈ ਸਰਕਾਰ ਦੇ ਨੁਮਾਇੰਦੇ ਹੋਣਗੇ, ਇਹ ਸਾਰੇ ਰਲ ਕੇ ਜਿਹੜੀ ਆ ਉਹ ਖਾ। ਤੁਸੀਂ ਹਾਈ ਕੋਰਟ ਕੀ ਮੰਗ ਲੈ ਕੇ ਗਏ? ਅਸੀਂ ਹਾਈ ਕੋਰਟ ਦੇ ਵਿੱਚ ਆ ਪਟੀਸ਼ਨ ਪਾਈ ਆ, ਤੁਸੀਂ ਦੇਖ ਸਕਦੇ ਹੋ ਇਹ ਪਟੀਸ਼ਨ ਪਹਿਲਾਂ ਚੱਲ ਰਹੀ ਆ। ਅਸੀਂ ਹਾਈ ਕੋਰਟ ਦੇ ਵਿੱਚ ਇਹ ਮੰਗ ਕੀਤੀ ਆ ਕਿ ਇਹ ਜ਼ਮੀਨ ਦੇ ਉੱਤੇ ਸ਼੍ਰੋਮਣੀ ਕਮੇਟੀ ਦਾ ਸਟੇਅ ਚੱਲ ਰਿਹਾ, ਅਤੇ ਸਾਨੂੰ ਇਹ ਪਤਾ ਲੱਗਾ ਹੈ ਕਿ ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰ ਕੁਝ ਬੰਦੇ ਮਿਲ ਕੇ ਅਤੇ ਇਹ ਸਟੇਅ ਤੜਵਾ ਰਹੇ ਨੇ। ਜੇ ਉਹ ਸਟੇਅ ਟੁੱਟ ਗਿਆ ਅਤੇ ਫਿਰ ਦਰਸ਼ਨ ਸਿੰਘ ਜਿਹੜਾ, ਕਿਉਂਕਿ ਉਹ ਮਸਤੂਆਣਾ ਟਰੱਸਟ ਵੀ ਬਾਹਰ ਗਿਆ ਅਤੇ ਇਹ ਵੀ ਸਾਰਿਆਂ ਦੀ ਮਿੰਨਤ ਮਿਲੀ ਭੁਗਤੀ ਲੱਗਦੀ ਆ। ਤੁਹਾਨੂੰ ਕੀ ਲੱਗਦਾ ਮਾਨ ਸਰਕਾਰ, ਹਾਲਾਂਕਿ ਮੈਡੀਕਲ ਕਾਲਜ ਉਹਨਾਂ ਦੀ ਸਰਕਾਰ 'ਚ ਹੀ ਬਣਨ ਜਾ ਰਹੇ ਹੋ, ਇੱਦਾਂ ਸਭ ਕੁਝ ਹੋਣ ਦੇਗੀ, ਜ਼ਮੀਨ ਨਿੱਜੀ ਬੰਦੇ ਦੀ ਬਣਨ ਦੇ ਦੇਗੀ ਮਾਨ ਸਰਕਾਰ? ਅਤੇ ਜਿਹੜੀ 160 ਏਕੜ ਹੈਗੀ ਆ, ਜਦੋਂ 25 ਏਕੜ ਜ਼ਮੀਨ ਜਿਹੜੀ ਆ ਉਹ ਕਾਨੂੰਨੀ ਤੌਰ ਦੇ ਉੱਤੇ ਰਜਿਸਟਰੀ ਜਿਹੜੀ ਆ ਉਹ ਸਰਕਾਰ ਦੇ ਨਾਂ 'ਤੇ ਦਰਸ਼ਨ ਸਿੰਘ ਕਰਵਾ ਕੇ ਦੇ ਰਿਹਾ, ਅਤੇ ਜਿਹੜੀ 160 ਏਕੜ ਬਚੇਗੀ ਉਹਨੂੰ ਉਹ ਕਿਵੇਂ ਬਚਾਉਣਗੇ? ਅਸੀਂ ਇਹ ਗੱਲ ਕਹਿੰਦੇ ਹਾਂ ਕਿ ਮੈਡੀਕਲ ਕਾਲਜ ਬਣੇ, ਜਿਹੜਾ ਅਸਲ ਟਰੱਸਟ ਉੱਥੇ ਚੱਲ ਰਿਹਾ ਮਸਤੂਆਣਾ ਸਾਹਿਬ ਦਾ, ਸਾਡੀ ਉਹਨਾਂ ਨਾਲ ਵੀ ਗੱਲ ਹੋਈ ਆ, ਉਹਨਾਂ ਨੇ ਸਾਨੂੰ ਦੱਸਿਆ ਵੀ ਅਸੀਂ ਵੀ ਟੀਚਰ ਨੂੰ ਕਿਹਾ, ਪਰ ਸਾਨੂੰ ਉਹਨਾਂ ਦੇ ਵਿੱਚ ਵੀ ਕੁਝ ਕਾਲਾ ਕਾਲਾ ਲੱਗਦਾ। ਅਸਲ ਉਹ ਵੀ ਨਹੀਂ ਗਏ ਸਾਰੇ ਜਿਹੜੇ ਨੇ ਜ਼ਮੀਨ ਨੂੰ ਬਚਾਉਣ ਵਿੱਚ, ਸਾਰੇ ਜਿਹੜੇ ਨੇ ਉਹ ਸੁਹਿਰਦ ਨਹੀਂ ਹੈਗੇ। ਅਸੀਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਇੱਧਰ ਜੋ ਇਹ ਜ਼ਮੀਨ ਦਿੱਤੀ ਜਾ ਰਹੀ ਆ ਅਤੇ ਇੱਧਰ ਦਿਓ, ਉਹ ਕਹਿੰਦੇ ਨੇ ਅਸੀਂ ਦਿੰਦੇ ਹਾਂ। ਸੋ ਉਹ ਮੇਨ ਹਾਈਵੇ ਰੋਡ ਦੇ ਉੱਤੇ ਜਿਹੜੀ ਜ਼ਮੀਨ ਹੈ ਇਸ ਤੋਂ ਵੀ ਵੱਧ ਦੇਣ ਨੂੰ ਤਿਆਰ ਨੇ। ਇਹ ਸਰਕਾਰ ਨੇ ਜੇ ਮੈਡੀਕਲ ਕਾਲਜ ਬਣਾਉਣਾ ਅਤੇ ਉਹ ਜ਼ਮੀਨ ਲੈਣ ਉੱਥੇ ਬਣਾਉਣ। ਇਹ 25 ਏਕੜ ਲਿੰਕ ਰੋਡ 'ਤੇ ਪੈਂਦੀ ਆ, ਇਹ ਲਿੰਕ ਰੋਡ ਦੇ ਉੱਤੇ ਮੈਡੀਕਲ ਕਾਲਜ ਬਣਾ ਰਹੇ ਨੇ ਅਤੇ ਉੱਧਰ ਮੇਨ ਹਾਈਵੇ ਰੋਡ 'ਤੇ ਆ ਅਤੇ ਉੱਧਰ ਬਣਾਉਣ ਖਾ। ਅਸੀਂ ਮੈਡੀਕਲ ਕਾਲਜ ਰਖਵਾਉਣ ਦੇ ਹੱਕ 'ਚ ਬਿਲਕੁਲ ਨਹੀਂ, ਬਣਨਾ ਚਾਹੀਦਾ। ਅਸੀਂ ਸਿਰਫ ਇਸ ਗੱਲ 'ਤੇ ਹਾਂ ਕਿ ਇਹ ਜਿਹੜੀ ਜ਼ਮੀਨ 185 ਏਕੜ ਜ਼ਮੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆ ਅਤੇ ਇਹ 'ਤੇ ਅੱਜ ਇਹ ਸ਼੍ਰੋਮਣੀ ਕਮੇਟੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਆ ਅਤੇ ਉਹਨੂੰ ਇੱਕ ਆਗਾਹ ਕਰਾਉਣ ਵਾਸਤੇ, ਉਹਨੂੰ ਸੁਚੇਤ ਕਰਨ ਵਾਸਤੇ ਅਸੀਂ ਹਾਈ ਕੋਰਟ ਦੇ ਵਿੱਚ ਪਹੁੰਚੇ ਹਾਂ ਵੀ ਇਹ 185 ਏਕੜ ਜ਼ਮੀਨ ਜੇ ਚਲੀ, ਜੇ 25 ਏਕੜ ਦੀ ਰਜਿਸਟਰੀ ਹੋ ਗਈ ਤਾਂ ਮੁੜ ਕੇ 160 ਏਕੜ ਵੀ ਜਿਹੜੀ ਆ ਉਹ ਵੀ ਜਾਂਦੀ ਰਹਿਣੀ ਆ, ਅਸੀਂ ਇਸ ਕਰਕੇ। ਸੋ ਬਲਦੇਵ ਸਿੰਘ ਸਿਰਸਾ ਨੇ ਸਾਫ਼ ਕੀਤਾ ਹੈਗਾ ਜੋ ਉਹਨਾਂ ਨੂੰ ਖਦਸ਼ਾ ਲੱਗ ਰਿਹਾ, ਜੋ ਉਹਨਾਂ ਨੂੰ ਰਿਸਕ ਹੱਲੇ ਜਿਹੜਾ ਨਜ਼ਰ ਆ ਰਿਹਾ ਕਿ ਇਹ ਜ਼ਮੀਨ ਜਿਹੜੀ 185 ਏਕੜ ਦਾ ਮਸਲਾ ਸ਼ੁਰੂ ਹੋਇਆ, 25 ਏਕੜ 'ਤੇ ਮੈਡੀਕਲ ਕਾਲਜ ਬਣੇਗਾ, ਕਿਤੇ ਨਾ ਕਿਤੇ ਉਹਨਾਂ ਨੂੰ ਇਹ ਝੋਲ ਲੱਗ ਰਿਹਾ। ਖਾਸ ਕਰ ਇਹਨਾਂ ਨੇ ਮੋਤਬਰ ਵਿਅਕਤੀ ਦੇ ਨਾਮ ਵੀ ਲਏ ਨੇ ਕਿ ਸ਼ਾਇਦ ਇੱਕ ਸਾਜਿਸ਼ ਜਿਹੜੀ ਸੀਗੀ ਉਹਦਾ ਖਾਕਾ ਤਿਆਰ ਹੁੰਦਾ, ਇੱਕ ਸ਼ਿਕੰਜਾ ਕੱਸਿਆ ਜਾਂਦਾ ਅਤੇ ਕਰੋੜਾਂ ਰੁਪਏ ਦੀ ਕਹਿ ਲਓ ਵੀ ਬੇਸ਼ਕੀਮਤੀ ਜ਼ਮੀਨ ਹੈਗੀ ਆ ਉਹਨੂੰ ਇੱਦਾਂ ਹਥਿਆਇਆ ਜਾ ਸਕਦਾ। ਸੋ ਕਾਨੂੰਨੀ ਚਾਰਾਜੋਈ ਜਿਹੜਾ ਹੈਗਾ ਜਾਰੀ ਹੋ ਚੁੱਕੀ ਆ, ਹਾਈ ਕੋਰਟ ਕੱਲ੍ਹ ਨੂੰ ਇਸ 'ਤੇ ਕੀ ਰੁੱਖ ਅਖਤਿਆਰ ਕਰਦਾ ਇਹਦਾ ਸਭ ਨੂੰ ਇੰਤਜ਼ਾਰ ਹੈ। ਵਿਜੇ ਮੋਹਨ ਦੇ ਨਾਲ ਬਲਜੀਤ ਮਰਵਾਹਾ, ਸਕਰੋਲ ਪੰਜਾਬ, ਚੰਡੀਗੜ੍ਹ।